दुखी आखे अपने बच्चे के लिया कम छड़ दो, मैं घर में की करा। जो चश्मा एनक तुहानू घड़ी भी कह लो या कोई होर मेडिकल उपकरण जेड़े कि तुहानू शहर च कितों भी टांका नहीं लगता, जिन्हों पंजाबी च कहिंदे सारे ने हाथ खड़े करते कि जी चीज़ नहीं बन सकती, वो तुसी इत्थे आ जाओ, बापू जी कमाल करके दिखा देंगे। जो इन्होंने कर देना वो शहर च किसी ने नहीं जी करना। स्वागत करती हाँ। लाहौर तो आए बुजुर्ग बापू जी जिन्हों की उम्र अज 93 साल की होगी हो चुकी है, तो वो अज अपना जो स्टार्टिंग तो आ के काम करते थे अज भी उही काम कर रहे हैं, घड़िया का तो चश्मे का। जिहड़े चश्मे या जिहड़ी घड़ियां तुसीं होर शॉप ते अगर बनवाते हो, अगर वो कह देंगे कि यह नहीं चलदियां नहीं बनेंगियां, वो बापू जी तुहानू ठीक करके देंगे। तो आज असीं इन्हां नाल गलबात करते हैं तो पुछते इन्हां दी स्टोरी की हैगी है, लाहौर तो कि आए। जोड़ लगे लोकी आखदे अपने बच्चे के लिया कम छड़ दो, मैं घर में की करा। ਮੈਂ ਸ਼ੌਕ ਵੀ ਗਏ ਕੰਮ ਕਰਨ ਦਾ। ਮੈਂ ਸ਼ੌਕ ਕਿਸੇ ਤੇ ਹੋ ਗਈ ਉਹ ਕੋਈ ਰੋੜ ਨਹੀਂ ਹੈਗੀ। ਇੱਕ ਤੁਸੀਂ ਸ਼ੌਕ ਦੇ ਕਰਕੇ ਇਹ ਕੰਮ ਹਲੇ ਵੀ ਕਰਦੇ ਹੋ? ਹਾਂਜੀ। ਹੋਰ ਹੈ ਤੁਹਾਡੀ ਸ਼ੌਪ ਕਿੱਥੇ ਹੈਗੀ ਅਗਰ ਕਿਸੇ ਨੇ ਆਣਾ ਹੋਵੇ? ਉਹ ਐਡਰੈਸ ਸਾਹਮਣੇ ਆਇਆ ਮਾਡੇ ਹੋਟਲ ਦੇ ਸਾਹਮਣੇ ਹਾਲ ਗੇਟ ਦੇ ਅੰਦਰ ਮਾਡਾ ਹੋਟਲ ਦੇ ਮਾਡਾ ਹੋਟਲ ਹੈਗਾ ਵਾ ਮਾਰ ਮਾਡੇ ਹੋਟਲ ਦੇ ਸਾਹਮਣੇ ਚੌਂਕ ਉਹ ਲੱਟਿੰਗ ਸੀ। ਬਾਪੂ ਜੀ ਨੂੰ ਦੇਖ ਸਕਦੇ ਹੋ ਹਲੇ ਵੀ ਇਸ ਉਮਰ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦਾ ਇੱਕ ਪੈਸ਼ਨ ਹੈਗਾ ਵਾ, ਇੱਕ ਕ੍ਰੀਏਟੀਵਿਟੀ ਹੈਗੀ ਹੈ ਜੋ ਹਲੇ ਤੱਕ ਚੱਲ ਰਹੀ ਹੈ। ਇੰਨੇ 75 ਸਾਲ ਤੋਂ ਕੰਮ ਕਰਦੇ ਆ ਰਹੇ ਨੇ। ਸਾਡੇ ਕੋਲ ਕੁਛ ਲੋਕ ਵੀ ਇੱਥੇ ਮੌਜੂਦ ਹੈਗੇ ਨੇ ਜੋ ਆਪਣੀ ਚਸ਼ਮੇ ਜਾਂ ਘੜੀਆਂ ਠੀਕ ਕਰਵਾਉਣ ਆਏ ਹੋਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਮੈਂ ਸਰ ਤੁਹਾਡਾ ਸਵਾਗਤ ਕਰਨਾ ਚਾਹੂੰਗੀ ਗੇਟ ਪੰਜਾਬ ਟੀਵੀ ਦੇ ਵਿੱਚ। ਸਤਿ ਸ਼੍ਰੀ ਅਕਾਲ। ਤੁਸੀਂ ਦੱਸ ਸਕਦੇ ਹੋ ਸ਼ੌਪ 'ਤੇ ਤੁਸੀਂ ਜਿਵੇਂ ਆਪਣਾ ਚਸ਼ਮਾ ਠੀਕ ਕਰਵਾਉਂਦੇ ਹੋ ਪੁਰਾਣਾ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਮਿਲਦਾ ਤੁਹਾਨੂੰ? ਮੈਡਮ ਇੱਦਾਂ ਕਿ ਜੋ ਚਸ਼ਮਾ ਐਨਕ ਤੁਹਾਨੂੰ ਘੜੀ ਵੀ ਕਹਿ ਲਓ ਜਾਂ ਕੋਈ ਹੋਰ ਮੈਡੀਕਲ ਉਪਕਰਨ ਜਿਹੜੇ ਕਿ ਤੁਹਾਨੂੰ ਸ਼ਹਿਰ 'ਚ ਕਿਤੋਂ ਵੀ ਟਾਂਕਾ ਨਹੀਂ ਲੱਗਦਾ, ਜਿਹਨੂੰ ਪੰਜਾਬੀ 'ਚ ਕਹਿੰਦੇ ਸਾਰਿਆਂ ਨੇ ਹੱਥ ਖੜੇ ਕਰਤੇ ਕਿ ਜੀ ਇਹ ਚੀਜ਼ ਨਹੀਂ ਬਣ ਸਕਦੀ, ਉਹ ਤੁਸੀਂ ਇੱਥੇ ਆ ਜਾਓ, ਬਾਪੂ ਜੀ ਕਮਾਲ ਕਰਕੇ ਦਿਖਾ ਦੇਣਗੇ। ਜੋ ਇਹਨਾਂ ਨੇ ਕਰ ਦੇਣਾ ਉਹ ਸ਼ਹਿਰ 'ਚ ਕਿਸੇ ਨੇ ਨਹੀਂ ਜੀ ਕਰਨਾ। ਇਹ ਤਾਂ ਤੁਸੀਂ ਸ਼ਹਿਰ 'ਚ ਮਸ਼ਹੂਰੀ ਆ ਐਨਕਾਂ ਘੜੀਆਂ ਵਾਲੇ, ਜਿਹੜੇ ਕੋਲ ਜਿਹੜਾ ਵੀ ਸ਼ਹਿਰ 'ਚ ਵਧੀਆ ਦੁਕਾਨਦਾਰ ਆ ਉਹ ਇੱਥੇ ਆ ਗਿਆ ਆਪਣੀ ਐਨਕ ਘੜੀ ਲੈ ਕੇ, ਜੇ ਤੁਸੀਂ ਉਹਨਾਂ ਨੂੰ ਦੇ ਕੇ ਆਉਂਦੇ ਆ ਉਹ ਵੀ ਇੱਥੋਂ ਠੀਕ ਹੋ ਕੇ ਜਾਂਦੀਆਂ ਨੇ। ਮੈਡਮ ਇਹ ਲੋਕੇਸ਼ਨ ਜੀ ਚੌਂਕ ਗੋਲ ਹੱਟੀ ਰਮਾਡਾ ਹੋਟਲ ਦੇ ਸਾਹਮਣੇ।